ਸਾਡਾ ਹਾਲੀ ਵੀ ਮੰਨਣਾ ਵਾ ਕਿ ਸ਼ਾਇਦ ਉਹਨਾਂ ਨੂੰ ਇਹ ਸਹੀ ਗੱਲ ਪਹੁੰਚਦੀ ਨਹੀਂ ਉਹਨਾਂ ਤੱਕ। ਜਿਹੜੀ ਸਾਡੀ ਪਿੱਛੇ ਜੇ ਮੀਟਿੰਗ ਹੋਈ ਜਿਹਦੇ 'ਚ ਅਸੀਂ 13 ਵਿਧਾਇਕ ਸਨ, 8 ਇੱਥੋਂ ਅਸੀਂ ਗਏ ਸੀ ਅਤੇ 4 ਜੈ ਸਿੰਘ ਰੋੜੀ ਅਤੇ ਇਹਨਾਂ ਦੇ ਨਾਲ 3 ਹੋਰ ਸਾਥੀ ਅਤੇ ਉੱਥੇ ਬਾਅਦ ਹਰਵਿੰਦਰ ਸਿੰਘ ਫੁਲਕਾ ਵੀ ਆ ਗਏ। ਉਸ ਮੀਟਿੰਗ ਦੇ ਵਿੱਚੋਂ ਸਾਨੂੰ ਇਹੋ ਹੀ ਲੱਗਾ ਕਿਉਂਕਿ ਉਹਨਾਂ ਨੇ ਜਿਵੇਂ ਆਪਣੀ ਇੰਟਰੋਡਕਸ਼ਨ ਦਿੱਤੀ ਵੀ ਅਸੀਂ ਆਹ ਕਰਦੇ ਹਾਂ ਤੁਹਾਡਾ, ਤੁਸੀਂ ਆਹ ਕੀਤਾ ਉਹ ਕੀਤਾ, ਉੱਥੇ ਇਹੋ ਹੀ ਲੱਗਾ ਕਿ ਸ਼ਾਇਦ ਉਹਨਾਂ ਤੱਕ ਸਹੀ ਗੱਲ ਪਹੁੰਚ ਨਹੀਂ ਰਹੀ। ਔਰ ਜਦੋਂ ਅਸੀਂ ਉਹਨਾਂ ਨੂੰ ਸਹੀ ਗੱਲ ਦੱਸੀ ਤਾਂ ਉਹਨਾਂ ਨੇ ਬੜੇ ਧਿਆਨ ਨਾਲ ਗੱਲ ਉਹ ਸਾਰੀ ਸੁਣੀ। ਸੋ ਇੱਥੋਂ ਇਹੋ ਹੀ ਲੱਗਦਾ ਵਾ ਕਿ ਸ਼ਾਇਦ ਪੂਰੀ ਗੱਲ ਉਹਨਾਂ ਤੱਕ, ਇੱਕ ਮਿੰਟ, ਮਨੀਸ਼ ਸੋਧੀਆ ਜੀ, ਅਰਵਿੰਦ ਕੇਜਰੀਵਾਲ ਜੀ ਨੂੰ ਅਸੀਂ ਉੱਧਰ ਨਹੀਂ ਮਿਲੇ। ਮੀਟਿੰਗ ਹੀ ਸਾਡੀ ਮਨੀਸ਼ ਸੋਧੀਆ ਜੀ ਨਾਲ ਸੀ, ਅਰਵਿੰਦ ਕੇਜਰੀਵਾਲ ਜੀ ਨਾਲ ਮੀਟਿੰਗ ਉਹ ਨਹੀਂ ਸੀਗੀ। ਦੂਸਰੀ ਗੱਲ ਇਹ ਆ ਕਿ ਜਿਵੇਂ ਜੈ ਸਿੰਘ ਰੋੜੀ ਹੋਣਾਂ ਨੇ ਵੀ ਇਹ ਗੱਲ ਕੀਤੀ ਆ, 3 ਜਾਂ 4 ਮੈਂ ਕਹੂੰਗਾ 3-4 ਹੋਰ ਵੀ ਜਿਹੜੇ ਸਾਡੇ MLA ਸਾਥੀ ਆ, ਸਾਨੂੰ ਲੱਗਦਾ ਵਾ ਕਿਉਂਕਿ ਸਾਡੀ ਜਦੋਂ ਵੀ ਉਹਨਾਂ ਨਾਲ ਗੱਲਬਾਤ ਹੁੰਦੀ ਆ ਵੀ ਉਹ ਸਾਡੇ ਨਾਲ ਆਉਣਾ ਚਾਹੁੰਦੇ ਆ ਕਿਉਂਕਿ ਉਹ ਪੰਜਾਬ ਦੇ ਲੋਕਾਂ ਦੀ ਆਵਾਜ਼ ਸੁਣ ਰਹੇ ਆ। ਕੁਝ ਸ਼ੰਕਾਵਾਂ ਜ਼ਰੂਰ ਹੁੰਦੀਆਂ ਵਾ, ਜਿਵੇਂ ਜੈ ਸਿੰਘ ਨੂੰ ਵੀ ਕੋਈ ਸ਼ੰਕਾਵਾਂ ਸੀ, ਅਸੀਂ ਡਿਸਕਸ਼ਨ ਕੀਤੀ ਔਰ ਉਹਨੂੰ ਵਾਕਿਆ ਲੱਗਾ ਕਿ ਇਹ ਤਾਂ ਬੜੀ ਐਵੇਂ ਡਿਸਇਨਫੋਰਮੇਸ਼ਨ ਕੈਂਪੇਨ ਸਾਡੇ ਖਿਲਾਫ਼ ਕੀਤੀ ਜਾ ਰਹੀ ਹੈ ਵੀ ਪਾਰਟੀ ਤੋੜਨਾ ਚਾਹੁੰਦੇ ਆ। ਬਿਲਕੁਲ ਪਾਰਟੀ ਨਹੀਂ ਤੋੜਨੀ, ਅਸੀਂ ਪਾਰਟੀ ਦੇ ਵਿੱਚ ਹਾਂ, ਸਾਨੂੰ ਪਾਰਟੀ 'ਚ ਰਹਿ ਕੇ ਫਖਰ ਆ। ਅਰਵਿੰਦ ਕੇਜਰੀਵਾਲ ਜੀ, ਮਨੀਸ਼ ਸੋਧੀਆ ਜੀ ਸਾਡੇ ਲੀਡਰ ਆ, ਅਸੀਂ ਸਿਰਫ਼ ਅਤੇ ਸਿਰਫ਼ ਉਹਨਾਂ ਦੇ ਗਲਤ ਫੈਸਲੇ ਜਿਹੜੇ ਲਏ ਆ, ਜਿਹੜੇ ਪੰਜਾਬ ਦੇ ਉੱਤੇ ਥੋਪੇ ਗਏ ਆ, ਅਸੀਂ ਉਹਨਾਂ ਦੇ ਖਿਲਾਫ਼ ਹਾਂ। ਸੋ ਇਹ 3-4 ਹੋਰ ਵੀ ਸਾਡੇ ਨਾਲ MLA ਸਾਹਿਬਾਨ, ਸਾਨੂੰ ਲੱਗਦਾ ਵਾ ਵੀ ਆਉਣਾ ਚਾਹੁੰਦੇ ਆ, ਲੇਕਿਨ ਕੁਝ ਲੋਕ ਉਹਨਾਂ ਨੂੰ ਫੋਨ ਕਰ ਕਰਕੇ ਰੋਕ ਰਹੇ ਆ। ਇਹਨਾਂ ਨੇ 2 ਨਾਂ ਲਏ, ਉਹ ਬਿਲਕੁਲ ਨਾ, ਦੁਰਗੇਸ਼ ਪਾਠਕ ਔਰ ਗੈਰੀ ਬਰਿੰਗ। ਔਰ ਸਾਨੂੰ ਬੜਾ ਅਫਸੋਸ ਆ, ਆਪਾਂ ਸਭ ਨੂੰ ਪਤਾ ਵਾ ਕਿ ਦਿੱਲੀ ਦੇ ਵਿੱਚੋਂ 2-3 ਲੀਡਰਾਂ ਦੇ ਨਾਂ ਉਹਨਾਂ ਦੇ ਨਾਲ ਚੱਲਦੇ ਹੁੰਦੇ ਸੀ ਵੀ ਇਹ ਪੰਜਾਬ ਦੇ ਲੀਡਰਾਂ ਦੀ ਗੱਲ ਅੱਗੇ ਨਹੀਂ ਪਹੁੰਚਾਉਂਦੇ ਜਾਂ ਗੱਲ ਇਹ ਨਹੀਂ ਸੁਣ ਦਿੰਦੇ, ਔਰ ਇਹ ਹਾਰ ਦੇ ਜ਼ਿੰਮੇਵਾਰ ਸੀ। ਅਫਸੋਸ ਆ ਵੀ ਉਹ ਹੀ ਸ਼ਖਸ ਜਿਹੜੇ ਆ ਔਰ ਜਿਨ੍ਹਾਂ 'ਚ ਦੁਰਗੇਸ਼ ਪਾਠਕ ਵੀ ਸ਼ਾਮਿਲ ਨੇ, ਉਹ ਅੱਜ ਵੀ ਜਿਹੜੇ ਵੱਡੇ ਫੈਸਲੇ ਲਏ ਜਾ ਰਹੇ ਉੱਥੋਂ ਉਹਨਾਂ ਲਈ ਜ਼ਿੰਮੇਵਾਰ ਨੇ ਉਹ। ਔਰ ਅੱਜ ਵੀ ਦੇਖੋ, ਜੇ ਅੱਜ ਉਹ ਲੋਕਾਂ ਨੂੰ ਰੋਕ ਰਹੇ ਆ ਕਿ MLA ਨੂੰ ਰੋਕ ਰਿਹਾ ਕਿ ਉਹ ਪੰਜਾਬ ਦੇ ਲੋਕਾਂ ਦੀ ਆਵਾਜ਼ ਨਾ ਸੁਣਨ, ਔਰ ਜੋ ਦਿੱਲੀ ਕਰਨਾ ਚਾਹੁੰਦਾ ਵਾ ਜਾਂ ਕੁਝ ਸਾਡੇ ਇੱਥੋਂ ਦੇ ਲੋਕ ਜਿਹੜੇ ਦਿੱਲੀ ਨੂੰ ਜਾ ਕੇ ਦੱਸਦੇ ਆ ਕਿ ਉਹਨਾਂ ਦੇ ਨਾਲ ਉਹ ਚੱਲਣ। ਸਾਨੂੰ ਬਹੁਤ ਸਾਰੇ ਸਾਡੇ ਬਾਹਰ ਵੱਸਦੇ ਪੰਜਾਬੀਆਂ ਅਤੇ ਪੰਜਾਬ ਦੇ ਵਿੱਚੋਂ ਲੋਕਾਂ ਨੇ ਇਹ ਵੀ ਕਿਹਾ ਵਾ ਕਿ ਕੁਝ ਹੋਰ ਵੀ ਜਿਹੜੇ MP ਸਾਹਿਬਾਨ ਆ ਉਹਨਾਂ ਨੂੰ ਨਾਲ ਤੁਸੀਂ ਲਓ, ਖਾਸ ਕਰਕੇ ਭਗਵੰਤ ਸਿੰਘ ਮਾਨ, ਸਾਡੇ ਮਾਨਯੋਗ ਸੰਗਰੂਰ ਤੋਂ ਜਿਹੜੇ ਮੈਂਬਰ ਪਾਰਲੀਮੈਂਟ ਨੇ, ਜਿਹੜੇ ਪਾਰਟੀ ਦੇ ਪ੍ਰਧਾਨ ਵੀ ਸਨ ਜਿਨ੍ਹਾਂ ਨੇ ਅਸਤੀਫਾ ਦਿੱਤਾ ਸੀ, ਕਿ ਉਹਨਾਂ ਨੂੰ ਨਾਲ ਲੈ ਕੇ ਤੁਰੋ। ਅਸੀਂ ਸਾਡੀ ਪੂਰੀ ਕੋਸ਼ਿਸ਼ ਰਹੀ ਆ ਕਿ ਉਹ ਨਾਲ ਜ਼ਰੂਰ ਆਉਣ, ਲੇਕਿਨ ਸਾਨੂੰ ਬੜਾ ਅਫਸੋਸ ਨਾਲ ਕਹਿਣਾ ਪੈਂਦਾ ਹੈ, ਮੈਂ ਬੜੇ ਦੁੱਖ ਨਾਲ ਕਹਿ ਰਿਹਾ ਵਾਂ ਕਿ ਸਾਨੂੰ ਕੁਝ ਵਾਲੰਟੀਅਰਸ ਤੋਂ ਇਹ ਵੀ ਕਿਹਾ ਜਾ ਰਿਹਾ ਵਾ ਵੀ ਸ਼ਾਇਦ ਉਹ ਵੀ ਉਹਨਾਂ ਲੋਕਾਂ ਦੇ ਵਿੱਚ ਨੇ ਜਿਹੜੇ ਉਹਨਾਂ ਨੂੰ ਰੋਕ ਰਹੇ ਆ ਬਾਕੀ MLA ਨੂੰ ਆਉਣ ਲਈ। ਇਹਦੀ ਅਸੀਂ ਇਹਦੀ ਪੱਕੀ ਜਾਣਕਾਰੀ ਨਹੀਂ, ਲੇਕਿਨ ਇਹ ਵਾਲੰਟੀਅਰਸ ਔਰ ਸਾਡੇ ਕੁਝ ਲੋਕਾਂ ਵੱਲੋਂ ਇਹ ਆਵਾਜ਼ ਸਾਨੂੰ ਸੁਣਾਈ ਦੇ ਰਹੀ ਹੈ। ਅਸੀਂ ਆਸ ਕਰਦੇ ਹਾਂ ਵੀ ਇਸ ਆਵਾਜ਼ ਦੇ ਵਿੱਚ ਕੋਈ ਸੱਚ ਨਹੀਂ ਇਸ ਤੋਂ ਇਲਾਵਾ ਅਸੀਂ ਇਹ ਵੀ ਵੇਖਿਆ ਵਾ ਕਿ ਪਿਛਲੇ ਕਰੀਬ 1.25 ਸਾਲ ਤੋਂ ਸਾਡੇ ਬਹੁਤ ਸਾਰੇ ਵਾਲੰਟੀਅਰਸ ਜਿਹੜੇ ਸੀ ਹਾਰ ਤੋਂ ਬਾਅਦ, ਔਰ ਜੋ ਪਾਰਟੀ ਦੀਆਂ ਗਤੀਵਿਧੀਆਂ ਚੱਲ ਰਹੀਆਂ ਸਨ ਜਾਂ ਕੋਈ ਗਤੀਵਿਧੀ ਨਹੀਂ ਹੋ ਰਹੀ ਸੀ ਕਈ ਥਾਵਾਂ 'ਤੇ,
ਤੁਹਾਨੂੰ ਪਤਾ ਹੀ ਆ 50-60 ਹਲਕਿਆਂ 'ਚ ਅੱਜ ਤੱਕ ਉੱਥੇ ਕੋਈ ਹਲਕਾ ਦਾ ਵਾਲੀਵਾਰਸ ਹੀ ਹੈ ਨਹੀਂਗਾ। ਉਹ ਘਰ ਬਹਿ ਗਏ ਸਨ, ਬਹੁਤ ਸਾਰੇ ਬਾਹਰ ਵਸਦੇ ਪੰਜਾਬੀ ਆਪਣੇ ਘਰ ਬਹਿ ਗਏ ਸਨ, ਹੁਣ ਕੋਈ ਸੰਪਰਕ ਨਹੀਂ ਸੀ ਉਹਨਾਂ ਨਾਲ। ਉਹਨਾਂ 'ਚ ਇੰਨਾ ਕੁ ਉਤਸ਼ਾਹ ਆ ਗਿਆ ਅੱਜ ਵੀ ਉਹ ਫੋਨ ਕਰ ਕਰਕੇ ਮਾੜੇ ਮੋਟੇ ਸਾਡੇ ਜਿਹੜੇ ਕਿਸੇ ਨਾ ਕੋਈ ਡਿਫਰੈਂਸਿਸ ਵੀ ਸੀ, ਮਤਭੇਦ ਵੀ ਸੀ, ਉਹ ਦੂਰ ਕਰਕੇ ਸਾਡੇ ਨਾਲ ਜੁੜਨਾ ਚਾਹੁੰਦੇ ਆ। ਸਾਨੂੰ ਇਹਦੇ 'ਤੇ ਬਹੁਤ ਖੁਸ਼ੀ ਆ। ਔਰ ਕਿਉਂਕਿ ਸਾਡੇ ਲੋਕਾਂ ਵੱਲੋਂ ਆਵਾਜ਼ ਆਈ ਆ, ਕੱਲ੍ਹ ਅਸੀਂ ਇੱਕ ਐਪਲੀਕੇਸ਼ਨ ਲਾਂਚ ਕੀਤੀ ਹੈ, ਇੱਕ ਫੋਰਮ ਭਰਵਾਇਆ ਵਾ ਅਸੀਂ ਔਨਲਾਈਨ। ਬੇਸਿਕਲੀ ਡੇਟਾ ਜਿਹੜਾ ਵਾ ਇਕੱਠਾ ਕਰ ਰਹੇ ਉਹਦੇ ਤਹਿਤ ਇਹ ਸਹੀ ਆ ਕਿ ਪਾਰਟੀ ਨੇ ਵੀ ਕਰੀਬ 1.5 ਸਾਲ 1.5 ਸਾਲ ਪਹਿਲਾਂ ਚੋਣਾਂ ਤੋਂ ਪਹਿਲਾਂ ਇਸ ਤਰ੍ਹਾਂ ਦਾ ਡੇਟਾ ਇਕੱਠਾ ਕੀਤਾ ਸੀ, ਪਰ ਅਸੀਂ ਸਾਡੀ ਇਨਫੋਰਮੇਸ਼ਨ ਹੈ ਔਰ ਜਦੋਂ ਅਸੀਂ ਫੋਨ ਕਰਕੇ ਪੁੱਛਦੇ ਸੀ ਉਹਦੇ 'ਚੋਂ ਕੁਝ ਡਾਟਾ ਜਿਹੜਾ ਸੀਗਾ ਉਹ ਜਾਲੀ ਨਿਕਲਿਆ। ਔਰ ਕਈ ਜਿਹੜੇ ਸਾਡੇ ਵਾਲੰਟੀਅਰ ਸਨ, ਸਹੀ ਵਾਲੰਟੀਅਰ ਸਨ, ਲੇਕਿਨ ਉਹ ਘਰ ਬਹਿ ਗਏ ਸਨ, ਪਰ ਹੁਣ ਵਾਪਸ ਆਉਣਾ ਚਾਹੁੰਦੇ ਹਾਂ। ਸੋ ਇਸ ਕਰਕੇ ਕਿਉਂਕਿ ਸਾਨੂੰ ਕਿਹਾ ਜਾ ਰਿਹਾ ਤੁਸੀਂ ਡੇਟਾ ਇਕੱਠਾ ਕਿਉਂ ਕਰ ਰਹੇ ਜੇ, ਸਿਰਫ ਡੇਟਾ ਇਸ ਕਰਕੇ ਇਕੱਠਾ ਕਰ ਰਹੇ ਹਾਂ ਕਿ ਸਾਨੂੰ ਜਿਹੜੇ ਦੁਬਾਰਾ ਇੱਕ ਵਾਰੀ ਜਾਗ ਪਏ ਆ ਔਰ ਸਾਡੇ ਨਾਲ ਜੁੜਨਾ ਚਾਹੁੰਦੇ ਆ, ਉਹਨਾਂ ਨੂੰ ਅਸੀਂ ਨਾਲ ਫਿਰ ਲੈ ਸਕੀਏ ਔਰ ਉਹਨਾਂ ਦੀਆਂ ਸੁਜੈਸ਼ਨਸ ਲੈ ਸਕੀਏ। ਅਸੀਂ ਇਸ ਫੋਰਮ ਦੇ ਵਿੱਚ ਸੁਜੈਸ਼ਨ ਵੀ ਇੱਕ ਰੱਖਿਆ ਹੋਇਆ, ਕਾਲਮ ਸੁਜੈਸ਼ਨ,